मौसम फिर अच्छा होना, बारिश होनी, उन्हें खरबूजे ला लेने कर रहे हो। ओ सवेरे सवेरे उठ के सुहागा फेरीदा है। मैं वेखी एडी सुहागी कई ਤੁਹਾਡੇ ਸਾਰਿਆਂ ਦੀ ਪੁਰਜ਼ੋਰ ਡਿਮਾਂਡ ਦੇ ਅੱਜ ਦੀ ਜਿਹੜੀ ਵੀਡੀਓ ਹੈਗੀ ਉਹ ਹੈਗੀ ਹੈ ਖਬਰਜ਼ਾਰ। ਖਬਰਜ਼ਾਰ ਦੀਆਂ ਵੀਡੀਓਜ਼ ਅਪਲੋਡ ਕੀਤੀ ਨੂੰ ਆਈ ਥਿੰਕ 2 ਸਾਲ ਹੋ ਗਏ ਆਪਾਂ ਨੂੰ। ਅਤੇ ਅੱਜ ਦੀ ਜਿਹੜੀ ਵੀਡੀਓ ਦੇਖਾਂਗੇ ਅਫਤਾਬ ਇਕਬਾਲ ਦੇ ਸ਼ੋਅ ਦੇ ਵਿੱਚ, ਆਗਾ ਮਾਜਿਦ, ਅਮਾਨ ਉੱਲਾ ਖਾਨ ਸਾਹਿਬ ਅਤੇ ਹਨੀ ਅਲਵੇਲਾ। ਸੋ ਇਹਨਾਂ ਦੀਆਂ ਵੀਡੀਓਜ਼ ਦੇਖਦੇ ਹਾਂ ਵੀ ਮਜ਼ਾ ਆਊਗਾ ਅੱਜ ਦੀ ਵੀਡੀਓ 'ਚ। ਪੂਰਾ ਮਾਹੌਲ ਕ੍ਰੀਏਟ ਹੋਣਾ, ਹਾਸੇ ਨਾਲ ਭਰਪੂਰ ਨਜ਼ਾਰੇ ਆ ਜਾਣੇ ਪੂਰੇ। ਸੋ ਜਾਨੀ ਭਾਅ ਜੀ ਹੁਣਾਂ ਦਾ ਵੀ ਇੱਕ ਨਵਾਂ ਸ਼ੋਅ ਆ ਰਿਹਾ ਤੁਹਾਡੇ ਪਾਕਿਸਤਾਨ ਦੇ ਇੱਕ 24 ਨਿਊਜ਼ HD 'ਤੇ, ਠੀਕ ਹੈ। ਅਤੇ ਉਹ ਸ਼ੋਅ 'ਤੇ ਵੀ ਦੇਖਦੇ ਹਾਂ, ਜੇਕਰ ਪਰਮਿਸ਼ਨ ਮਿਲੇਗੀ ਤਾਂ ਆਪਾਂ ਰਿਐਕਸ਼ਨਸ ਜ਼ਰੂਰ ਅਪਲੋਡ ਕਰਾਂਗੇ। ਸੋ ਦੇਖਦੇ ਹਾਂ ਅੱਜ ਦੀ ਇਹ ਵੀਡੀਓ, ਬਹੁਤ ਫਨੀ ਹੋਣ ਵਾਲੀ ਹੈ। ਆਰਾਮ ਨਾਲ ਬੈਠ ਕੇ ਚਿੱਲ ਮਾਰੋ, ਰਿਲੈਕਸ ਕਰਕੇ ਵੀਡੀਓ ਦੇਖੋ, ਇੰਜੋਏ ਕਰੋ ਅਤੇ ਚੈਨਲ ਸਬਸਕ੍ਰਾਈਬ ਪੱਕਾ ਕਰ ਲਿਓ। ਡੂ ਸਬਸਕ੍ਰਾਈਬ ਨਾਓ। ਇਧਰ ਧਿਆਨ ਹੀ ਨਹੀਂ ਕਿਸੇ ਕਾ। ਇਹ ਕੌਣ? ਇਹ ਹੈ ਉਹ ਦਰਜ਼ੀ, ਇਹ ਮੋਟਾ ਮੋਟਾ ਸਿਫਤ ਇਨਸਾਨ। ਪਰ ਗੱਲ ਇਹ ਆ ਵੀ ਇਹ ਬੱਚਾ ਜਿਹੜਾ ਪਿਛਲੇ 3 ਸਾਲ ਤੋਂ ਮੇਰਾ ਸ਼ਾਗਿਰਦ ਆ। ਇਸਕੋ ਮਾਰੇ ਤੁਮਨੇ? ਮੈਨੂੰ ਮਾਰਦਾ, ਮੈਂ ਇਹਦੀਆਂ ਅੱਖਾਂ ਨਾ ਪਾੜ ਦਿੰਦਾ। ਆਹ ਬੱਚਾ ਜਿਹੜਾ ਇਹ ਸ਼ਾਗਿਰਦ ਆ। ਤੁਮੇ ਮਾਰਿਆ ਇਸ? जी सर, बहुत ज्यादा मारा है, पहले दिन से मार रहे हैं। जब से मेरी अम्मी छोड़ के गई। कितना जलील इंसान है सर। एक्चुअली मैंने ना स्मोकिंग छोड़ दी थी। अच्छा। और मैंने कसम खाई थी कि मैंने सिगरेट को हाथ नहीं लगाना। अच्छा। और फिर मैंने कहा मैं नहीं लाने, मुझे मारना शुरू कर दिया। भाई शागिर्दा का की काम होता, उस्ताद जड़ी काम करे और जाके करके आओ। बिल्कुल कोई शक नहीं, मैं एग्री कर रहा हूँ। बिल्कुल हुक्म दे रहा है, उसे सिगरेट लाने चाहिए, लेकिन इतना ख्याल तो करो उसने कसम खा रखी है, उसने स्मोकिंग जैसी एक फजूल हरकत छोड़ी है। मैं यकीन करो पे जदों असी काम सीखा, हां जी, घंटा घंटा अद्धा अद्धा घंटा उस्ताद कन्न फड़ाउंदे सी, उत्ते मशीन रख देनी। ए त्रै मशीनां इत्थे रखियां 8 रुपया। उस्ताद तुहानूं मुर्गा बणाउंदा हुंदा सी? हां, कुक्कड़ बणाउंदे हुंदे सी। इहनूं कुक्कड़ बणाउंदा सी, संडा बण जांदा सी। आप कौन है? ए गाहक आ जी इहनां दी। अच्छा। मैं इक दिन वेख्या बुआ बंद करके ਇਹਨੇ ਮੁੰਡੇ ਨੂੰ ਉਹ ਕੁੱਟਿਆ, ਮੈਂ ਤਾਂ ਦੱਸ ਨਹੀਂ ਸਕਦੀ। ਇਹ ਸ਼ਰਾਰਤਾਂ ਕਰਦੇ ਆ, ਅੱਜ ਕੱਲ੍ਹ ਇਹਨਾਂ ਕੋਲ ਮੋਬਾਈਲ ਆ, ਉੱਥੇ ਬੈਠ ਕੇ ਤਾਂ ਗੇਮਾਂ ਖੇਡਦੇ, ਵੀਡੀਓ ਫਿਲਮਾਂ ਦੇਖਦੇ। ਫਿਰ ਵੀ ਮਾਰ ਨਹੀਂ ਸਕਦੇ ਤੂੰ? ਸਾਨੂੰ ਮਾਰਿਆ ਉਸਤਾਦਾਂ ਨੇ, ਸਾਡੇ ਨਾਲ ਉਹ ਜ਼ੁਲਮ। ਯਕੀਨ ਕਰੋ ਜੂਨ ਜੁਲਾਈ ਦਾ ਮਹੀਨਾ ਹੋਣਾ, ਉਸਤਾਦ ਨੇ 3:30 ਹੋਣੀ ਮੈਨੂੰ ਕਹਿਣਾ ਮੇਰਾ ਪੁੱਤ ਇੱਥੇ ਜੁੱਤੀ ਲਾ ਅਤੇ ਦੌੜਦਾ ਜਾ ਤਾਂ ਰੋਟੀ ਲੈ ਕੇ ਆ। ਉਦੋਂ ਐਂ ਕਰਕੇ ਆਪਣਾ ਸਕੂਟਰ ਬਣਾਉਣਾ, ਐਂ ਜਾਣਾ ਤਪਦੀ ਸੜਕ ਦੇ ਉੱਤੇ ਦੌੜਿਆ ਜਾਣਾ ਰੋਟੀ। ਆਹ ਸਹੀ ਹੈ, ਛੋਟੇ ਹੁੰਦੇ ਬੱਚੇ ਹੁਣ ਵੀ ਕਈ ਖੇਡਦੇ ਨਾ ਇੱਦਾਂ ਕਰਕੇ, ਨਾ ਮਜ਼ਾ ਆਉਂਦਾ, ਅਸੀਂ ਵੀ ਬੜਾ ਖੇਡੇ ਯਾਰ। ਅੱਛਾ ਦੇਖੋ ਮਾਹੌਲ ਦੇਖੋ ਕਿੰਨਾ ਵਧੀਆ ਕ੍ਰੀਏਟ ਕਰਦੇ ਯਾਰ। ਦੋ ਸਵਾਰੀਆਂ ਵੀ ਪਾ ਲੈਂਦਾ ਸੀ, ਉੱਥੇ ਲਾ ਦਿੰਦਾ ਸੀ। ਕੰਮ ਕਿਸ ਤਰ੍ਹਾਂ ਚੱਲਦਾ? ਕੰਮ ਹੁਣ ਕਿੱਥੇ ਭਾਜੀ, ਰੈਡੀਮੇਡ ਦਾ ਜਦੋਂ ਦਾ ਦੌਰ ਆਇਆ ਕੰਮ ਦਾ ਬੇੜਾ ਗਰਕ ਹੋ ਗਿਆ। ਗਰਕ ਹੋਇਆ, ਸਹੀ ਗੱਲ। 800-900 ਰੁਪਏ ਲੈਣੇ ਸੂਟ ਦੀ ਸਿਲਾਈ, 1000-1200 ਦਾ ਸੂਟ ਦੇ ਦਿੰਦੇ ਬਾਜ਼ਾਰੋਂ। ਸਸਤੇ ਵੀ ਮਿਲ ਜਾਂਦੇ, 60 ਰੁਪਏ ਦਾ ਆ ਜਾਂਦਾ ਜੀ, ਜਿਹੜਾ ਰੇਹੜੀਆਂ ਦੇ ਢੰਗੀਆਂ ਦੇ ਵਿੱਚ ਨਾਲਾ ਵੀ ਹੁੰਦਾ ਜੀ। ਇਹ ਜੋ 8-9-10 ਬੱਚੇ ਹੈ, ਕਿਸੇ ਨੇ ਛੋੜਾ ਹੋਤਾ ਮੋਟਰ ਮਕੈਨਿਕ ਕੇ ਪਾਸ, ਕਿਸੇ ਨੇ ਦਰਜ਼ੀ ਕੇ ਪਾਸ, ਉਨਕੀ ਇਖਲਾਕੀ ਔਰ ਉਨਕੀ ਫਿਜ਼ੀਕਲ ਹੈਲਥ ਜੋ ਹੈ ਵੋ ਉਸਕਾ ਬੇੜਾ ਗਰਕ ਹੋਇਆ। ਯਾਰ ਅਗਰ ਤੁਮ ਨਹੀਂ ਨਿਗਹਿਦਾਸ਼ਤ ਕਰ ਸਕਤੇ ਤੋ ਖੁਦਾਰਾ ਅਕਲ ਕਰੋ, ਕੋ ਬੱਚੇ ਤੋ ਨਾ ਪੈਦਾ ਕਰੋ। ਇਤਨਾ ਇੱਕ ਦੋ ਪੈਦਾ ਕਰ ਲੋ, 13-13 ਬੱਚੇ ਤੋ ਫਿਰ ਸਲੂਕ ਤੋ ਯਹੀ ਹੋਗਾ ਉਨਕੇ ਸਾਥ। ਕਿਤਨੇ ਭੈਣ ਭਾਈ? 8 ਤੇ ਸਾਰੇ ਮਿੱਠੇ ਜੇ। ਨਹੀਂ ਇੱਕ ਦੋ ਵੀ ਜੋ ਫਿੱਕਿਆ ਵੀ ਨਿਕਲੇ। 10 ਰੁਪਏ ਮਿਲਦੇ ਹੁੰਦੇ ਸੀ ਮੈਨੂੰ ਹਫਤੇ ਦੇ, 500 ਰੁਪਏ ਹਫਤਾ ਲੈਂਦਾ, ਹਜੇ ਵੀ ਅੱਗੋਂ ਅੱਖਾਂ ਕੱਢਦਾ। ਜੋ ਤੁਹਾਡਾ ਦੌਰ ਤਾਂ ਅੱਜ ਸੇ 70-71 ਸਾਲ ਪੁਰਾਣੀ ਬਾਤ ਕਰ ਰਹੇ। ਮੈਂ ਫਰਾਉਣ ਦੇ ਕੱਪੜੇ ਸਿੰਦਾ ਰਹੇ ਹਾਂ ਜੀ? ਤੁਸੀਂ ਬਦਮਾਸ਼ ਹੋ ਇਲਾਕੇ ਦੇ ਹਾਂ ਜੀ? ਅੱਲਾ ਰਹਿਮ ਕਰੇ, ਕਿਉਂ ਬਦਮਾਸ਼ ਹੋ? ਤੁਹਾਡੀ ਗੱਲ ਨਹੀਂ ਕਰ ਰਿਹਾ ਜੀ, ਚਿੜੀ ਜੀ ਨਹੀਂ ਬੈਠੀ, ਮੱਲੇਦਾਰ ਹੈਗਾ ਮੇਰੇ ਤਾਂ ਮਾਲਕ ਸਾਹਿਬ ਭਲਵਾਨ ਹੈਗੇ ਨੇ। ਇਸ ਵਾਕਿਆ ਸੇ ਮੇਰਾ ਦਿਲ ਪਸੀਜ ਗਿਆ ਹੈ। ਅੱਛਾ ਜੀ, ਅਭੀ ਬਾਗੀ ਸਾਹਿਬ ਨੇ ਇੱਕ ਲਫ਼ਜ਼ ਇਸਤੇਮਾਲ ਕੀਆ, ਪਸੀਜ। ਤੋ ਮੈਂ ਸ਼ੁਕਰੀਆ ਅਦਾ ਕਰਤਾ ਹੂੰ, ਮੇਰੇ ਇੱਕ ਦੋਸਤ ਹੈ ਹੈਦਰ ਹਸਨ, ਉਹਨਾਂ ਨੇ ਮੇਰੀ ਕਰੈਕਸ਼ਨ ਕੀਤੀ। ਅਹਿਲੇ ਜ਼ਬਾਨ ਹੈ ਉਹ, ਮੈਂ ਹਮੇਸ਼ਾ ਪਸੀਜ ਕਹਤਾ ਹੂੰ। ਉਸਨੇ ਕਹਾ ਜਨਾਬ ਪਸੀਜ ਹੋਤਾ ਹੈ। ਪਸੀਜ, ਹਾਂ ਪਸੀਜ ਹੁੰਦਾ ਹੈ। ਮੇਰੇ ਥੇ ਮੇਰੇ ਸਾਥ ਕਾਮ ਕੀਆ ਕਰੇ, ਬੜੇ ਪਿਆਰੇ ਦੋਸਤ ਹੈ। ਤੋ ਮੇਰੇ ਲਈ ਇਹ ਇਤਨਾ ਕੀਮਤੀ ਇੱਕ ਤਰ੍ਹਾਂ ਸੀ ਕਰੈਕਸ਼ਨ ਥੀ ਕਿ ਸਾਰੀ ਉਮਰ ਮੈਂ ਪਸੀਜ ਕਹਤਾ ਥਾ। ਓ ਔਰ ਆਈ ਐਮ ਗਲੈਡ ਕਿ ਆਪਨੇ ਪਸੀਜ ਕਹਾ। ਨਹੀਂ, ਸਾਡੇ ਤਾਂ ਇਹ ਵਰਡ ਬੜਾ ਮਤਲਬ ਆਰਾਮ ਨਾਲ ਬੋਲਿਆ ਜਾਂਦਾ, ਘਰ 'ਚ ਸਾਰੇ ਯੂਜ਼ ਕਰਦੇ ਆ ਪਸੀਜ ਗਿਆ ਨੋਰਮਲ। ਹਾਂਜੀ, ਇਹ ਮੁੰਡੇ ਨੂੰ ਆਪਣੇ ਨਾਲ ਰੱਖੋ ਤੁਸੀਂ। ਮੈਂ ਤੇ ਇਹਨੂੰ ਪਹਿਲੇ ਵੀ ਕਿਹਾ ਕਿ ਸਿਮਰਨ ਨਾਲ ਆ ਜਾ, ਤੁਸੀਂ ਬਦਮਾਸ਼ ਆਦਮੀ ਹੋ, ਤੁਹਾਨੂੰ ਕਿਤੇ ਵੀ ਗਾਸ਼ ਪੈ ਸਕਦਾ। ਮਾਮੇ ਖਾਂ ਟੀ ਸ਼ਰਟਾਂ ਪਾਉਣ ਵਾਲੇ ਤੁਸੀਂ ਬੱਚੇ, ਤੁਹਾਨੂੰ ਕੀ ਪਤਾ ਭਲਵਾਨੀ ਕੀ ਹੁੰਦੀ? ਕੋ ਵਾਕਿਆ ਤੇ ਸ਼ੇਅਰ ਕਰੋ ਭਲਵਾਨ ਜੀ। ਭਲਵਾਨਾਂ ਦੀਆਂ ਕੁਸ਼ਤੀਆਂ ਮੈਂ ਵੇਖੀਆਂ, ਓ ਹੋ ਹੋ, ਇੱਕ ਇਹਨਾਂ ਦੀ ਕੁਸ਼ਤੀ ਸੀ ਸਿਰਫ ਏਡੀ ਏਡੀ, ਭਲਵਾਨ ਜੀ ਫੌਤ ਹੀ ਹੋ ਗਏ ਸਨ। ਉਹ ਤੁਹਾਡੇ ਸਹੀ ਭਾਈਆਂ ਨੇ ਲੱਗਦਾ। ਅੱਛਾ ਭਲਵਾਨ ਜੀ, ਖਾੜੇ ਖੂੜੇ ਜਾਂਦੇ ਹੋ? ਉਹ ਖਾ ਰਹੇ ਜਾਣਾ, ਹੋਰ ਮੈਂ ਕਿੱਥੇ ਜਾਣਾ ਹੈ? ਤੁਸੀਂ ਵੀ ਪ੍ਰੈਕਟਿਸਾਂ ਕਰ ਰਹੇ ਹੋ? ਉਹ ਸਵੇਰੇ ਸਵੇਰੇ ਉੱਠ ਕੇ ਸੁਹਾਗਾ ਫੇਰੀਦਾ ਹੈ। ਮੈਂ ਵੇਖੀ ਏਡੀ ਸੁਹਾਗੀ ਕਈ ਦੇ ਨਾਲ ਸਾਰਾ ਜੇ 15 ਕਰੀਦਾ ਖਾਰਾ।
ਕੀ ਘੁਲਦਾ ਹੋਏਗਾ, ਸ਼ਕਲ ਹੀ ਤੇਰੀ ਕੁੜਾਲ ਵਰਗੀ ਹੈ। ਤਗੜੇ ਭਲਵਾਨ ਨਾਲ ਹੱਥ ਪਿਆ ਹੋਵੇ ਤੁਹਾਡਾ, ਇੱਕ ਵਾਰੀ ਹੱਥ ਪਿਆ ਇਹ ਉਹਦੀ ਜੇਬ ਕੱਟਣ ਲੱਗਾ, ਉਹਨੇ ਹੱਥ ਫੜ ਲਿਆ। ਤੇਲ ਤੂਲ ਮਲਦੇ ਹੋ ਭਲਵਾਨ ਜੀ? ਸੁਬਾਹ ਉੱਠ ਕੇ ਤੇਲ ਹੀ ਮਰੀਦਾ। ਹੋਰ ਯਾਰ ਮੈਂ ਤੇਲ ਮਲ ਕੇ ਪੈਪ 'ਚ ਵੜ ਜਾਂਦਾ ਹੈ। ਵੈਸੇ ਇਹਨੂੰ ਸਹੀ ਮਾਰਿਆ। ਹਾਂਜੀ, ਕਦੇ ਕੁਸ਼ਤੀ ਦੇ ਦੌਰਾਨ ਕਬੂਤਰ ਛੱਡੇ ਹੋਣ? ਬੱਲੋ, ਜਦੋਂ ਸਵੇਰ ਨੂੰ ਕੁਸ਼ਤੀ ਹੋਵੇ ਨਾ, ਸਾਰੀ ਸਾਰੀ ਰਾਤ ਫਿਰ ਜ਼ੋਰ ਹੁੰਦਾ। ਤੁਸੀਂ ਵੀ ਤਾਂ ਬੜਾ ਵਕਤ ਗੁਜ਼ਾਰਿਆ। ਅਸੀਂ ਤਾਂ ਜਵਾਨੀ 'ਚ ਘੁਲੇ ਹਾਂ। ਕਹਾਂ ਘੁਲੇ ਹੋ ਤੁਮ? ਇੱਕ ਤਾਂ ਸੀ ਨਾ ਅੱਛਾ ਭਲਵਾਨ, ਇਹ ਉਹਦੇ ਨਾਲ ਹੁੰਦਾ ਸੀ ਫਿੱਕਾ ਭਲਵਾਨ। ਬਾਹਾਂ ਫੜ ਲੈਣ ਕਿਸੇ ਨੇ ਛੁਡਾਉਣਾ ਕੋਈ ਨਹੀਂ ਸੀ ਹੁੰਦਾ। ਡਰ ਕੇ ਕੀ ਸਮਝਦੇ ਤੂੰ? ਕੋਈ ਜਿੰਨ ਚੰਮੜ ਕੇ ਜਿਹੜਾ ਵਿੱਚ ਜੀ ਆਹ ਮਾਹੌਲ ਕ੍ਰੀਏਟ ਹੁੰਦਾ ਨਾ ਕਿ ਲਗਾਤਾਰ ਜਿਹੜਾ ਹਾਸਾ ਆਉਂਦਾ ਨਾ, ਉਹ ਸੁਭਾਅ ਆ ਰਹੀ, ਕਿਉਂਕਿ ਇੱਕ ਜੇ ਪਕੜ ਪੈ ਜਾਣਾ ਇਹਨਾਂ ਦੀ, ਫਿਰ ਸਾਰੇ ਆਰਟਿਸਟ ਫੋਰਮ 'ਚ ਆ ਜਾਂਦੇ, ਫਿਰ ਉਹ ਹਰ ਇੱਕ ਨਵੀਂ ਇੱਕ ਯੁਗਤ ਆਹ ਚੱਕ, ਨਵੀਂ ਯੁਗਤ ਆਹ ਚੱਕ, ਨਵੀਂ ਯੁਗਤ ਇੱਦਾਂ ਹੁੰਦਾ। ਖਤਮਾ ਆਪਸੇ ਮੁਲਾਕਾਤ ਹੋ ਗਈ ਇਨਸ਼ਾਅੱਲਾ ਕੱਲ, ਇਜਾਜ਼ਤ ਦੀਜੀਏ, ਅੱਲਾ ਹਾਫਿਜ਼। ਵੈਲਕਮ ਬੈਕ। ਅੱਛਾ, ਇੱਕੋ ਚੋ ਦੋ ਕਲਿੱਪ ਆ। ਵਾਹ, ਮੀਰਾ ਕੋ ਐਕਸਪਾਇਰਡ ਪਾਸਪੋਰਟ ਪਰ ਸਫਰ ਕਰਨਾ ਮਹਿੰਗਾ ਪੜ ਗਿਆ। ਦੁਬਈ ਮੇ ਰੋਕ ਲਿਆ ਗਿਆ। ਵੋ ਯਹਾਂ ਸੇ ਕੈਸੇ ਗਈ? ਯਹੀ ਮੇਰਾ ਸਵਾਲ। ਅਕਲ ਕੇ ਅੰਧੋ ਕੀ ਨਜ਼ਰ ਪਾਸਪੋਰਟ ਪੇ ਨਹੀਂ ਹੋਗੀ, ਜੋ ਠੱਪੇ ਲਗਾ ਰਹੇ ਨਾ, ਮੀਰਾ ਕੋ ਦੇਖ ਰਹੇ ਹੋ। ਬਾਜੀ ਸੈਲਿਬ੍ਰਿਟੀ ਤੇ ਹੈ ਫਿਰ। ਬਸ ਸੈਲਿਬ੍ਰਿਟੀ ਕਾ ਬੇੜਾ ਗਰਕ ਕਰ ਦਿਆ। ਉਹ ਵਾਂ ਜਾ ਕਰ ਖੁਦ ਵੀ ਖੁਆਰ ਹੋਈ ਔਰ ਪਾਕਿਸਤਾਨੀ ਅਮਲੇ ਕੀ ਕਿਤਨੀ ਖੁਆਰੀ ਹੋਈ। ਸਰ ਯੇ ਵੀ ਤਾਂ ਹੋ ਸਕਤਾ ਕਿ ਪਾਸਪੋਰਟ ਪਰ ਦੋ ਤਿੰਨ ਦਿਨ ਕਾ ਮਾਰਜਨ ਹੋ। ਮੈਨੇ ਇੱਕ ਲਮੇ ਕੇ ਲਈ ਸੋਚਾ ਥਾ, ਅਗਰ ਐਸੀ ਬਾਤ ਵੀ ਹੋਤੀ ਤੋ ਐਫ ਆਈ ਏ ਕੋ ਜਾਣੇ ਨਹੀਂ ਦੇਣਾ ਚਾਹੀਏ ਥਾ। ਨਹੀਂ, ਉਹ ਫਿਰ ਉਸ ਪੇ ਸਟੈਂਪ ਕਰਤੇ ਹੈ ਕਿ ਯੇ 10 ਦਿਨੋਂ ਮੇ ਇਸਕੋ ਜਹਾਂ ਜਾ ਰਹੇ ਹੈ ਰਿਨਿਊ ਕਰਵਾ। ਪ੍ਰੋਵੀਜ਼ਨਲ ਸਾ ਕੋਈ ਸਿਲਸਿਲਾ ਕੀਆ ਜਾ ਸਕਤਾ ਜੀ, ਐਸਾ ਕੁਛ ਨਹੀਂ ਥਾ। ਉਹ ਖੁਦ ਵਿੱਚ ਹਾਂ ਨਹੀਂ ਹੈ ਤਾਂ ਇਹ ਬਾ ਕਾਫੀ ਵੱਡੀ ਨਾਕਾਮੀ ਹੈ ਯਾਰ, ਕਿਉਂਕਿ ਪਾਸਪੋਰਟ ਐਕਸਪਾਇਰ ਹੋਣ ਵਾਲਾ ਹੋਵੇ ਤੇ ਇਦਾਂ ਕੋਈ ਵੀਜ਼ਾ ਨਹੀਂ ਦੇ ਸਕਦਾ। ਵਿਚਾਰੀ ਅੱਲਾ ਲੋਕ ਸੀ ਹੈ ਔਰ ਕੁਛ ਉਸਕੇ ਮਸਾਇਲ ਨੇ ਉਸਕਾ ਸਤਿਆਨਾਸ ਕੀਆ। ਆਫ ਕੋਰਸ ਦਿਸ ਇਜ਼ ਦਾ ਮਿਸਹੈਪ ਟੂ ਦਾ ਬਾਜੀ ਉਸਕੀ ਹੈ, ਤੁਹਾਡੀ ਚਾਚੀ ਹੋਗੀ। ਮਾਈ ਬਾਜੀ ਬਿਜ਼ਨਸ ਅਲੋਟ ਦੇਖੀ ਹੈ ਨਾ ਆਪਨੇ, ਖੁਦਾ ਨਾ ਖਾਸਤਾ। ਹਮ ਦੋ ਘੰਟੇ ਬਾਹਰ ਆਪਕੇ ਗਾਰਡ ਕੇ ਪਾਸ ਵੀ ਬੈਠੇ ਰਹੇ। ਆਪਕੋ ਪਤਾ ਆਪਕੇ ਗਾਰਡ ਨੇ ਮੇਰੀ ਫਿਲਮ ਦੇਖੀ ਹੈ, ਬਲਕੇ ਉਹਨੇ ਬਣਾਈ ਵੀ ਹੈ। ਬਾਜੀ ਆਪ ਬੋਲੇ। ਅੱਛਾ, ਇਹ ਆਜ ਬਾਜੀ ਕਾ ਨਿਆ ਭਾਈ ਹੈ? ਭਾਈ ਨਹੀਂ ਹੈ। ਇਹ ਕਿਆ ਹੈ? ਐਕਸਕਿਊਜ਼ ਮੀ, ਡੋਨਟ ਕਾਲ ਅਸ ਆਫੀ। ਕਾਲ ਅਸ ਆਫੀ ਕੀ ਹੁਆ? ਅਸ ਅਸ ਕਮ ਜਹਾਂ ਪਗ ਬਾਸ ਨੇ ਸ਼ੈਲਟ ਇਜ਼ ਵੈਰੀ ਗੁੱਡ। ਔਰ ਭਾਈ ਯਕੀਨ ਕਰੋ ਤੁਸੀਂ ਮੈਨੂੰ ਦਿਓਗੇ ਨਾ, ਮੇਰੀਆਂ ਤਿੰਨ ਬਣ ਜਾਣੀਆਂ ਇੱਥੋਂ ਹੀ। ਬਾਜੀ ਕੇ ਬਾਅਦ ਅਬ ਮੈਂ ਫਿਲਮ 'ਚ ਬਣਾ ਰਹਾ ਹੂੰ ਨਾ ਜੀ। ਅੱਛਾ, ਬਾਜੀ ਆਪਨੇ ਬਣਾਈ ਥੀ? ਜੀ, ਮੇਰੀ ਫਿਲਮ ਥੀ ਬਾਜੀ। ਨਹੀਂ ਯਾਰ, ਮੈਂ ਨਹੀਂ ਮੰਨਦਾ। ਯਾਰ ਨਹੀਂ ਮੰਨਦੇ ਤਾਂ ਨਾ ਮੰਨੋ, ਚਲੋ ਵੀ ਚਲੀਏ। ਬੜਾ ਲਿਖਾ ਪ੍ਰੋਡਿਊਸਰ ਹੋਗਾ ਆਪ। ਇਨਕੀ ਪਹਿਲੀ ਫਿਲਮ ਥੀ ਫੁੱਫੜ ਔਰ ਦੂਸਰੀ ਥੀ ਤਾਇਆ। ਅਗੋ ਆਪਣੇ ਤੇ ਟਾਈਟਲ ਬਣਾ ਰਿਹਾ ਸਾਲਾ। ਆਗਮਾ ਜੀ ਸਭ ਤੋਂ ਸੀਨੀਅਰ ਆਰਟਿਸਟ ਨੇ। ਇਹ ਹੀ ਆਪਕੀ ਬੁਰੀ ਲੱਗਤੀ ਹੈ। ਨਹੀਂ, ਯਾਦ ਹੈ ਜਬ ਸਕੂਟਰ ਪੇ ਬੈਠ ਕੇ ਜਾਇਆ ਕਰਤੇ ਥੇ ਆਈਸਕ੍ਰੀਮ ਖਾਨੇ? ਸਕੂਟਰ ਕਬ ਰੱਖਾ ਥਾ? ਜਦ ਤੁਸੀਂ ਮੈਨੂੰ ਕਹਿੰਦੇ ਤੂੰ ਸਕੂਟਰ ਕੋ ਖਲੋ ਆਈ ਬੋਤਲ ਪੀ ਆਈਏ। ਹਾਂ ਸਹੀ ਹੈ। ਯਾਦ ਹੈ ਆਪਕੋ ਆਪ ਪੋਪਟਰ ਬਦਾਨਾ ਬੜੇ ਸ਼ੌਕ ਸੇ ਖਾਤੇ ਥੇ? ਕਿਆ ਪੋਪਟਰ ਬਦਾਨਾ? ਨਮਕ ਪਾਰੇ ਦੇ ਬਦਾਨਾ ਭਾਜੀ। ਇਹ ਨਮਕ ਪਾਰੇ ਕੋ ਪੋਪਟ ਪੋਪਟ ਹੀ ਕਹਿੰਦੇ ਨੇ ਪੰਜਾਬੀ ਚ ਬੋਤੇ? ਨਹੀਂ, ਪੋਪਟ ਜੋ ਹੈ ਪੋਪਟ ਤਿਤਲੀ ਕੋ ਕਹਿੰਦੇ, ਸਿੰਧੀ ਕਾ ਲਫ਼ਜ਼ ਹੈ। ਸਿੰਧੀ ਜ਼ਬਾਨ ਮੇ ਪੋਪਟ ਤਿਤਲੀ ਕੇ ਲੀਏ ਇਸਤੇਮਾਲ ਹੋਤਾ ਹੈ। ਕਿਉਂ ਜਨਾਬ? ਜੀ ਸਰ, ਸਹੀ ਕਹਿ ਰਹੇ। ਪੋਪਟ ਜ਼ਮਾ ਕਾਨੂੰਨ, ਵੋ ਟੋਪਕ ਜ਼ਮਾ ਕਾਨੂੰਨ, ਪੋਪਟ ਜ਼ਮਾ, ਔਰ ਵੋ ਪਸ਼ਤੋ ਹੈ। ਪਸ਼ਤੋ ਹੈ। ਲੈ ਤੁਹਾਨੂੰ ਵੀ ਕੈਸਾ ਬੰਦਾ ਲੱਭਾ। ਕਿਉਂ ਜਨਾਬ? ਨਹੀਂ ਨਹੀਂ, ਇਸਕੀ ਮਾਦਰੀ ਜ਼ਬਾਨ ਸਿੰਧੀ ਹੈ ਭਾਈ। ਪੋਪਟ ਵਾਕਈ ਸਿੰਧੀ ਜ਼ਬਾਨ ਮੇ, ਔਰ ਕਿਤਨਾ ਖੂਬਸੂਰਤ ਲਫ਼ਜ਼ ਹੈ ਤਿਤਲੀ ਕੇ ਲੀਏ। ਤਿਤਲੀ ਕੇ ਲੀਏ ਪੋਪਟ ਸਿਰਫ ਦੋ ਖੂਬਸੂਰਤ ਲਫ਼ਜ਼ ਹੈ। ਸਾਡੇ ਇੱਧਰ ਜਿਹੜਾ ਪੋਪਟ ਯੂਜ਼ ਕੀਤਾ ਨਾ, ਤੇਰਾ ਤਾਂ ਪੋਪਟ ਹੋ ਗਿਆ, ਇੱਦਾਂ ਕਰਕੇ ਮਤਲਬ ਕਿਸੇ ਦੀ ਬੇਇੱਜ਼ਤੀ ਕਰਨੀ ਹੋਵੇ ਉਦੋਂ ਇਹ ਵਰਡ ਯੂਜ਼ ਕੀਤਾ ਜਾਂਦਾ। ਜਾਂ ਫਿਰ ਹੁਣ ਇੰਗਲਿਸ਼ 'ਚ ਜੇ ਪਪਟ ਦੀ ਗੱਲ ਕਰੋ ਤਾਂ ਇੰਗਲਿਸ਼ ਦਾ ਪਪਟ ਕੁਛ ਹੋਰ ਬਣ ਜਾਂਦਾ। ਸੋ ਚਲੋ ਸਿੰਧੀ ਮੇ ਔਰ ਦੂਸਰਾ ਫ੍ਰੈਂਚ। ਓਕੇ, ਸਿੰਧੀ ਮੇ ਕਹਤੇ ਹੈ ਪੋਪਟ ਜੀ, ਔਰ ਫ੍ਰੈਂਚ ਮੇ ਕਹਤੇ ਹੈ ਪਵੇਲੀਅਨ, ਔਰ ਆਪ ਟੋਪਕ ਕਹਿ ਰਹੇ ਹੋ। ਟੋਪਕ, ਤੋਪ, ਗਨ, ਬੰਦੂਕ, ਦੈਟ ਇਜ਼ ਟੋਪਕ। ਯੇ ਫਿਲਮ ਬਣੀ ਥੀ ਪਸ਼ਤੋ ਜੀ ਜੀ, ਬਦਰ ਮੁਨੀਰ ਕੀ। ਸਰ, ਬਦਰ ਮੁਨੀਰ ਕੈਸੇ ਐਕਟਰ ਲਗਤੇ ਥੇ ਆਪਕੋ? ਉਸਕੀ ਇੱਕ ਫਿਲਮ ਮੁਝੇ ਬਹੁਤ ਪਸੰਦ ਥੀ ਔਰ ਉਹ ਮੈਨੇ ਸਿਨੇਮਾ ਮੇ ਦੇਖੀ ਥੀ, ਦੁਲਹਨ ਏਕ ਰਾਤ। ਦੁਲਹਨ ਏਕ ਰਾਤ, ਇਟ ਵਾਸ ਅ ਵੈਰੀ ਗੁੱਡ ਮੂਵੀ। ਲਗਤਾ ਥਾ ਯਕਾ ਯਕ
हॉलीवुड के कोई क्रू आ गए और उसने ये फिल्म बनाई. स्टोरी बेस्ड, ट्रेन सीक्वेंस वेरी पावरफुल. वो तो हमने इकट्ठी देखी थी, आपको याद होगा, जब इंटरवल में हमने पॉपकॉर्न खाए थे फुल्ले. अच्छा, पॉपकॉर्न इंटरवल में नहीं खाते, ये ड्यूरिंग द मूवी खाते रहते हैं. इंटरवल में पेस्ट्री आए और चाय और नाल नान टिक्की. सर ओ यार क्या नान टिक्की की दवा खड़कता टक 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 टक. आप सब क्या याद करवा दिया ए नान टिक्की. इतने एक मैनू गल याद आई कि जेडी ये पॉपकॉर्न दा बिजनेस है ना, तुसी घरों बना के ले जाया करो. वैसे वैसे ले नहीं दिंदे पर लुको के ले जाया करो, क्योंकि उत्थे वाले तो बड़े महंगे होंगे. जेडे जिन्ने भी अजकल सिनेप्लैक्स होंगे थिएटर्स होंगे उन्होंने उन्होंने बिजनेस ही मेन वो आ कि वह देख लो एक छोटा जहा पैकेट तुम्हें देंगे, मतलब एक जो मग होंदा फिर लार्ज मीडियम रेगुलर साइज तो उन्होंने घटो घट्ट 250-300-400 तक कल तुम्हें पॉपकॉर्न ही मिलने हैं. ठीक है, तो उही घरों तुम देखो 10 रुपए का पैकेट आता तो घर कुकर चुनाव उबाल के खा लो. नाल परौंठे लैके जाइए होंगे, इंटरवल परौंठे खाईदे है, लुको के लैके जाने क्योंकि वह तो ले जा नहीं देंगे खाने वाली चीज़. की गल होगी दोबारा पिछले पीछे 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 टक 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 टक. आप तब क्या याद करवा दिया ए नानी की भेज तुम दस पर टिक्की वाले टक टक कर देंदे ना अल्लाह ने एम क्यों कुछ बनाया नान टिक्की तो बनाया. आप साहब साहब दी गल ते सिर च वाज दी क्या याद है. मैं 1000 मरतबा ये बात कह चुका हूँ कि सीधे हो जाओ. ए डायरेक्टर नहीं है मालशी है कहते सीधे हो जाओ. मैडम वो तो खैर एक और बात है. फिर आप लोग उस पे इतराज करते हैं कि जी वो बात ना करो. कॉलेज शॉलेज ना जाना प्लीज, तेरा पिंडा अस्तबल जाना ला. यार ऐसे में बात सुन लिया करते प्लीज. अच्छा हसीब, इसको अपना वाक्या सुना लेने दो, हसबे तौफीक काट लेते. जी तो सुने ना आप. जी सुनाए. वो मेरे साथ थी. ओ गल हो ना फिर. से बहुत पसंद थी नान टिक्की. वो एक गरीब घराने से थी और आपको पता है वो बेचती भी थी और ए उत्ते वो लाउंदे सर. बड़ी मशहूर से शुबाना नान टिक्की वाली. शुबाना था उसका नाम जी. अच्छा नाम भी वैसे तू खुशी की खबर भी जी नाम भी मैं रिलैक्स बैठ गया हूँ. अब एक घंटा लगाओ, 12 बजे वाला बुलेटिन हम चलाने के बाद फिर आ जाएंगे. नो प्रॉब्लम, बेफिक्र होके लगे रहो. आज शबाना आएगी तो तेरी जान छुटनी. मौसम जरा अच्छा होना, बारिश होनी, उन्हें खरबूजे ला लेने. तो यार गल तो कर दो उन्होंने पूरी. बारिश कौन लाता यार, यार पागल हो खरबूजे और वो भी बारिश में. मैं 1000 मरतबा यही बात कह चुका हूँ हाथ जोड़ के कि मौसम ये बाद में क्यों पता चलता है. आगा माजी सर बारिश में कौन लगाता है. बारिश में पकौड़े लग जाते हैं जी. ये नान टिक्की पकौड़े हमारे यहाँ पूड़े बना करते थे. बेसन वाला नाम सब तो पहले उते बने. पता है कौन बनाता था, राज था उसका. पता कहाँ, पोस्ट ऑफिस के बिल्कुल साथ जहाँ वो दही बड़े वाला था. हाँ जी हाँ जी. उसके साथ ये ताज पकौड़ों वाला बेसन वाला नान. उसने एक्स्ट्रा वो तेल लगवा के ना जी. बेसन वाले नान पे मैंने आज तक तिल नहीं देखे. तिल नहीं देखे. पेस्ट्री तो तिलों वाली. बेसन वाली नहीं है जनाब भी जरा जेंट्री दे ना. अच्छा जी साफ सुथरा पांड नहीं जिन्हों कहते. ऐसे आप ही हमारे यहाँ तिलों के दरख्त बहुत है. तिल दरख्तों पे होते हैं तो और क्या जेबों में उगते हैं. पौधे होते हैं इतने इतने बड़े और उसमें बटेर बहुत आता है. बटेर का शिकार बेहतरीन अगर हो सकता है तो तिलों की फसल में होता है. ये शिकार काला बाग कीता है. ये तिलों वाला नहीं, ये सरगोधा में. ये तो मेकनों के यहाँ हमारा दोस्त है इमरान मेकन, बहुत ही शानदार शिकार जी. लास्ट सेमेस्टर की बात है, मुझे भी शौक शिकार का. ये गन वन से मैंने शिकार नहीं किया. गुलेल से कर जाल के साथ बटेर का शिकार. जाल की उसका मजा अपना है. नहीं वैसे मजा तो अगर आप देखें तो गन के अलावा वो बाज के साथ. ये जाल वाल जो है ना दो नंबरी. तो एक तो दो नंबरी है, जुल्म है, गैर कानूनी है. जाल को छोड़ दे लेकिन बाज के साथ मैंने भी एक दो दफा यहाँ उसको रख के ये किया. एडी जोर से सुटिया बाज पे होश हो. सही है. इसे बाज बड़ा ताकत ही बढ़िया भाई. बाज खतरनाक होती है, मोनस है. बैरी जिसको कहते हैं. नहीं 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 बैरी तो बहुत बड़ी और चीज है. बाज फीमेल है बड़े साइज की.
और उसका जो मेल है वो छोटू होता है, जुराफ। और आपको मैं बता चुका हूं कि अगर बाज बहुत भूखी हो, कमरे में अकेली हो, तो ये जुराफ को खा जाती है, तो इसलिए उसको बांधना पड़ता है। जिरा ने ओदे ऐसे सोटी रखी ओ जदों मेनू यहां गल देखो मेनू आज पता लग गया, मैं तो शुरू तो यही सुनदा हां कि बाज उड़दा है, बाज मतलब उन्होंने एक मेल ही समझा यार। मैं दिमाग च कदे मैं सर्च करने पैने काफ़ी, अज एक इंट्रस्टिंग एंड ते जाते जाते ये कुछ इदा की चीज़ दस गई है कि जी हम मैं सर्च करनी पैनी है चंगी तरह। बाकी तुम मैंने कमेंट करके दसो कि है। सो जेकर गल करिए इस वीडियो की, भी वीडियो के बहुत ज़्यादा हासा आया अज की वीडियो, क्योंकि इन्हें जो टाइमिंग है ना वो बड़ी परफेक्ट है, जी जुगदा मारते हैं ना स्पोटेनियस एक दूजे की जी लाह पा करते हैं वो बहुत वधिया है। एंड इदा की जो महफिल के हों कि जो एक बंदा फस गया ना दैन वो फस गया यार, फिर वो तवा आसे पास सारे उधरों ही लाते हैं। ठीक है, मतलब ये जबरदस्त कॉमेडी होंगी इन्हों के जिन्हें भी शो से, खबरदार, खबरजार, खबरनाक, तो होर भी इदा के शो जोड़े आते हैं, एक गुस्ताखी आता सगा, तो इदा के शो बड़े होर चलते हैं, मतलब सारिया बा कमाल काम किया जाता। तो पाकिस्तान के जोड़े ये कॉमेडी आर्टिस्ट है ना, मैं मतलब जो दिन मैं वीडियोज़ देखनी शुरू की, मैं लगता कि यार पाकिस्तान के नालों बेहतर कॉमेडियंस तुहानू किते नहीं मिलने, किसी मतलब किसी कंट्री दे विच नहीं मिलने। जो इन्हां दी एक रूट्स नाल जुड़ी हुई जिहड़ी कॉमेडी है ना, जो इन्हां दी टाइमिंग है, जो इन्हां दी जुगता है, जो स्पोटेनियस इन्हां दा दिमाग काम करदा, आई थिंक इट्स ब्रिलियंट। ये चीज़ आप मुहारे विच ही एक मतलब पाकिस्तानियों कोल ही है यह टैलेंट, तो जिहड़ा कि बहुत लाजवाब है। इस तुहाडे फैसलाबाद दे विच तुहानू दस्सिया जांदा है कि हर एक घर के एक जुगतबाज बैठा। सो इदा दी गल्लां हैं, बाकी मज़ा आ गया वीडियो देख के, तुहानू कदा कि नीचे कमेंट करके जरूर दस्सो। होर इदा दी वीडियो देखने लई अपने चैनल करो सबसक्राइब। इस चैनल ते तुहानू सब तरह का कॉन्टेंट मिलेगा, इमोशनल भी, सैड भी, म्यूजिक वीडियोज़ भी, फिल्म के ट्रेलर भी, सोंग रिएक्शन भी, कॉमेडी भी, एंटरटेनमेंट भी, होर तो नॉलेज वाली भी, इनफॉर्मेशन भी, सब कुछ मिलेगा। सो जस्ट डू सबसक्राइब। मिलते हैं किसी होर वीडियो, सत श्री अकाल।